ਲੁਧਿਆਣਾ ਦੇ ਫੀਲਡਗੰਜ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕੁਝ ਅਣਪਛਾਤੇ ਲੋਕਾਂ ਦੁਆਰਾ ਹਥਿਆਰਾਂ ਸਮੇਤ ਉੱਥੇ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਲੋਕਾਂ ਉੱਤੇ ਅੰਨੇ ਵਾਹ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ। ਦੂਸਰੇ ਪਾਸੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਰੋਕ ਕੇ ਹਮਲਾਵਰ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਸੀਂ ਘਰ ਸੁੱਤੇ ਪਏ ਸੀ, ਸਾਨੂੰ ਪਤਾ ਨਹੀਂ ਕੀ ਗੱਲ ਸੀ, ਹੱਲਾ ਹੱਲਾ ਜਿਹਾ ਰੌਲਾ ਪਿਆ। ਅਸੀਂ ਬਾਹਰ ਆ ਕੇ ਦੇਖਿਆ 15 ਤੋਂ 20 ਮੁੰਡੇ ਸੀ, ਨੰਗੀਆਂ ਕਿਰਪਾਨਾਂ ਬੋਤਲਾਂ ਕਿਸੇ ਨੂੰ ਨਹੀਂ ਬਖਸ਼ ਰਹੇ ਸੀ। ਉਹ ਆਏ ਦਿਨ ਟਾਵਰ ਵਾਲਾ ਮੁੰਡਾ ਸੀ ਉਹਦੇ ਕੋਲ ਪਹੁੰਚੇ, ਮੈਂ ਦੇਖਿਆ, ਮੈਂ ਕਿਹਾ ਸ਼ਾਇਦ ਉਹਦੇ ਨਾਲ ਲੜਾਈ ਹੋਈ ਹੈ। ਉਹ ਕਹਿੰਦਾ ਮੇਰੀ ਗੱਡੀ ਕੋ ਬੰਦੇ ਪਏ ਹੋ, ਗੰਦੇ ਗੰਦੇ ਇਸ਼ਾਰੇ ਕੀਤੇ, ਉਹਨੇ ਬੱਚਾ ਚੱਕਿਆ ਸੀ ਆਪਣਾ 300, ਉਹ ਸਿੱਧੀ ਇੱਟ ਉਹਦੇ ਮਾਰੀ। ਉਹ ਕਹਿੰਦਾ ਗੱਲ ਕੀ ਹੋਈ ਹੈ, 2-3 ਇੱਟਾਂ ਵਾਰੀਆਂ ਥੱਲੇ ਬਹਿ ਗਿਆ, ਉਨੀ ਦੇਰ ਨੂੰ ਮੇਰੇ ਘਰ ਦੇ ਬਾਹਰ ਹੀ ਮੇਰੀਆਂ ਗੱਡੀਆਂ ਖੜੀਆਂ, ਮੇਰੀਆਂ ਭੰਨਣ ਲੱਗ ਗਏ। ਮੈਂ ਕਿਹਾ ਗੱਲ ਕੀ ਹੋਈ ਹੈ, ਕੁਛ ਨਹੀਂ ਪਤਾ ਸਾਨੂੰ, ਤਾਂ ਗੱਲ ਵੀ ਨਹੀਂ ਪਤਾ ਕੀ ਲੜਾਈ ਹੈ ਕੀ ਹੈ। ਉੱਥੇ ਅਸੀਂ ਖੜੇ ਸੀ, ਮੈਂ ਉਹਨਾਂ ਨੇ ਕਿਹਾ ਮੇਰੀ ਗੱਡੀ 'ਤੇ ਕਿਉਂ ਇੱਟ ਮਾਰੀ, ਵੀ ਸਾਡਾ ਕੀ ਲੈਣਾ ਦੇਣਾ, ਤੁਹਾਡਾ ਨਾਮ ਹੈ, ਤੂੰ ਤੁਹਾਨੂੰ ਜਾਣਦਾ ਨਾ, ਮੇਰੀ ਯਾਰੀ ਮੇਰਾ ਕੋਈ ਨੁਕਸਾਨ, ਉਹਨਾਂ ਸਿੱਧੀ ਇੱਟ ਮੇਰੇ ਮਾਰੀ। ਮੈਂ ਪ੍ਰਸ਼ਾਸਨ ਅੱਗੇ ਜਿਵੇਂ ਜੇ ਕੋਈ ਬੰਦਾ ਮਰ ਜਾਂਦਾ ਜਾਂ ਕੁਛ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਸੀ। ਇੱਕ ਵਾਰੀ ਜਾਣ ਗਈ ਵਾਪਸ ਨਹੀਂ ਆਉਂਦੀ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ। ਇਸ ਸਾਰੀ ਘਟਨਾ ਤੋਂ ਬਾਅਦ ਮੌਕੇ 'ਤੇ ACP ਵਰਿਆਮ ਸਿੰਘ ਨੇ ਪਹੁੰਚ ਕੇ ਸਾਰੇ ਮਾਮਲੇ ਦੀ ਛਾਣਬੀਣ ਕੀਤੀ ਅਤੇ ਰੇਡ ਦੌਰਾਨ ਹਮਲਾਵਰ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ। ਮੈਂ ਵੀ ਆ ਕੇ ਮੌਕਾ ਦੇਖਿਆ, ਝਗੜਾ ਹੋਇਆ ਹੋਇਆ, ਇਹ ਪਤਾ ਲੱਗਿਆ ਕਿ 2 ਪਾਰਟੀਆਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਮੌਕੇ 'ਤੇ ਆਏ ਹਾਂ, ਬਿਆਨ ਲਿਖ ਕੇ ਮੁਕੱਦਮਾ ਦਰਜ ਕਰਕੇ ਜਿਹੜੇ ਜਿਹੜੇ ਇਹਦੇ 'ਚ ਨੋਮੀਨੇਟ ਹੁੰਦੇ ਆ ਉਹਨਾਂ ਨੂੰ ਅਰੈਸਟ ਕਰਾਂਗੇ। ਪੰਜਾਬ ਟੁਡੇ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਖਾਸ ਰਿਪੋਰਟ। Like our channel, please subscribe, and to get notifications about news, please click the bell icon.